ਬਰਨਾਲਾ ਵਿਖੇ ਹੋਏ 2 ਦਿਨ ਪਹਿਲਾਂ ਅਗਨੀਕਾਂਡ ਵਿੱਚ ਫੈਕਟਰੀ ਮਾਲਕਾਂ ਦੇ ਵੱਲੋਂ ਮਰਨ ਵਾਲੇ ਹਰੇਕ ਮਜ਼ਦੂਰ ਦੇ ਪਰਿਵਾਰ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਏ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਵੀ ਇਸ ਸਮਝੌਤੇ ਨੂੰ ਮੰਨ ਲਿਆ ਏ। ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ 1-1 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ। ਸਤਪਾਲ ਸਿੰਘ ਜੀ, ਜਿਹੜੀ ਇਹ ਫੈਕਟਰੀ 'ਚ ਅੱਗ ਲੱਗੀ ਅਤੇ ਨਿਆਣੇ ਮੌਤ ਹੋਈ ਅਤੇ ਅੱਜ ਧਰਨਾ ਵੀ ਲੱਗਿਆ ਰਿਹਾ, ਤੁਹਾਡਾ ਜਾਰੀ ਸੀ, ਅੱਜ ਕੀ ਫੈਸਲਾ ਦਿੱਤਾ ਗਿਆ? ਜੋ ਧਰਨਾ ਲੱਗਿਆ ਸੀ ਅੱਜ, ਫੈਕਟਰੀ ਮਾਲਕਾਂ ਨਾਲ ਸਮਝੌਤਾ ਹੋਇਆ, ਤਿੰਨੇ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ 10-10 ਲੱਖ ਦਾ ਮੁਆਵਜ਼ਾ ਜਿਹੜਾ ਉਹ ਫੈਕਟਰੀ ਮਾਲਕਾਂ ਦਾ ਦੇਣ ਦਾ ਸਮਝੌਤਾ ਹੋਇਆ ਅਤੇ ਉਹਦੇ ਚੈੱਕ ਅੱਜ ਲਿਖ ਲਿਖਾ ਹੋ ਰਿਹਾ, ਹੁਣੇ ਹੀ ਲਏ ਜਾਣ। ਹਾਂ, ਸੰਤੁਸ਼ਟੀ ਹੈ ਵੀ ਜਿੰਨਾ ਕੁ ਠੀਕ ਹੈ, ਨੁਕਸਾਨ ਹੋਇਆ, ਪੂਰੀ ਭਰਪਾਈ ਤਾਂ ਅਸੀਂ ਨਹੀਂ ਕਰਵਾ ਸਕੇ, ਪਰ ਊਂ ਅਸੀਂ ਅੱਗੇ ਵੀ 10-10 ਲੱਖ ਹੀ ਜੋ ਇਹੋ ਜਿਹੀਆਂ ਘਟਨਾਵਾਂ ਵਾਪਰਦੇ ਹਾਂ ਮੁਆਵਜ਼ਾ ਲੈਂਦੇ ਹਾਂ। ਸਾਰੇ ਪਰਿਵਾਰਾਂ ਦੀ ਸਹਿਮਤੀ ਨਾਲ, ਪਿੰਡ ਦੀ ਸਹਿਮਤੀ ਨਾਲ ਹੀ ਇਹ ਫੈਸਲਾ ਹੋਇਆ। ਉਹਨਾਂ ਨੂੰ ਪੁੱਛ ਕੇ ਹੋਇਆ ਵੀ ਕੀ ਤੁਹਾਨੂੰ ਮਨਜ਼ੂਰ ਹੈ 10-10 ਲੱਖ ਵਾਲੀ, ਜਦੋਂ ਉਹਨਾਂ ਨੇ ਸਹਿਮਤੀ ਦਿੱਤੀ ਹੈ ਫਿਰ ਹੀ ਇਹ ਸਮਝੌਤਾ ਸਿਰੇ ਚੜ੍ਹਿਆ। ਜਿਵੇਂ ਫੈਕਟਰੀ ਚੱਲਦੀ ਹੈ ਅੱਗੇ, ਹੋਰ ਵੀ ਇਸ ਤਰ੍ਹਾਂ ਜੋ ਉਹਦੇ ਵਿੱਚ ਕੋਈ ਬੰਦੋਬਸਤ ਨਹੀਂ ਸੀ, ਹਾਦਸਾ ਹੋ ਗਿਆ, ਉਹ ਹੁਣੇ ਅੱਗੇ ਵਾਸਤੇ DC ਸਾਹਿਬ ਨੂੰ ਹੁਣੇ ਹੀ ਮਿਲ ਕੇ ਆਏ ਹੈ ਵੀ ਜੋ ਫੈਕਟਰੀ 'ਚ ਘਾਟ ਹੈ, ਗਾਹਾਂ ਨੂੰ ਇਹ ਜਿਹੇ ਹਾਦਸੇ ਨਾ ਵਾਪਰਨ, ਉਹ ਪੂਰੀਆਂ ਕਰਾਈਆਂ ਜਾਣ। ਹੋਰ ਵੀ ਫੈਕਟਰੀਆਂ? ਹਾਂ, ਸਾਰੀਆਂ ਫੈਕਟਰੀਆਂ ਦੀ ਮੰਗ ਹੈ। ਗੁਰਵਿੰਦਰ ਸਿੰਘ ਜੀ ਚੀਮਾ, ਸਰਪੰਚ ਸਾਹਿਬ, ਜਿਹੜੇ 3 ਹਾਦਸੇ ਨੌਜਵਾਨਾਂ ਦੀ ਮੌਤ ਹੋਈ, ਕੀ ਉਹ ਜਿਹੜਾ ਅੱਜ ਉਹਨਾਂ ਦੇ ਸਮਝੌਤੇ ਦੀ ਗੱਲ ਚੱਲ ਰਹੀ, ਕੀ ਤੁਸੀਂ ਸੰਤੁਸ਼ਟ ਕੀ ਕਹਿਣਾ ਚਾਹੁੰਦੇ ਹੋ? ਸੰਤੁਸ਼ਟੀ ਜੀ, ਦੇਖੋ ਹੁਣ ਮਜਬੂਰ ਸੀ ਜੀ, ਸੰਤੁਸ਼ਟੀ ਤਾਂ ਹੈ ਨਹੀਂ ਸਾਡੀ, ਕਿਉਂਕਿ ਸਾਡੇ ਉਹ ਬੱਚੇ ਮੁੜਨੇ ਨਹੀਂ ਜੀ। ਉਹ ਬਹੁਤ ਮਦਭਾਗੀ ਹਾਦਸਾ ਹੋਇਆ ਜੀ, ਇੱਕ ਪਰਿਵਾਰ ਸੀਗਾ ਉਹਦਾ, ਪਹਿਲਾਂ ਭਾਈ ਆਰਥਿਕ ਤੰਗੀ ਕਰਕੇ ਫਾਹਾ ਲੈ ਕੇ ਮਰ ਗਿਆ ਸੀਗਾ, ਅਤੇ ਇੱਕੋ ਹੀ ਭਰਾ ਸੀਗਾ। ਕੱਲ੍ਹ ਨੂੰ ਹੋਰ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਜੀ। LPG ਸਿਲੰਡਰ ਵੀ ਬਹੁਤ ਵੱਡੀ ਮਾਤਰਾ 'ਚ ਲੀਗਲ ਤੌਰ 'ਤੇ ਪਏ ਹੁੰਦੇ ਹਰ ਵਕਤ? ਹਾਂਜੀ ਹਾਂ, ਬਹੁਤ ਵੱਡੀ ਗੱਡੀ ਖੜੀ ਸੀਗੀ, ਉਹ ਕੰਧ ਭੰਨ ਕੇ ਬਾਹਰੇ ਕੱਢੀ, ਜੇ ਉਹ ਗੱਡੀ ਦਾ ਗੈਸਾਂ ਨੂੰ ਅੱਗ ਲੱਗ ਜਾਂਦੀ ਤਾਂ ਮਤਲਬ ਸਾਡੇ ਪਿੰਡ ਤੱਕ ਨੁਕਸਾਨ ਹੋਣਾ ਸੀਗਾ ਜੀ। ਰਾਹ 'ਚ 2 ਪੈਟਰੋਲ ਪੰਪ ਆਉਂਦੇ ਆ ਜੀ ਨੇੜੇ, ਉਹਨਾਂ 'ਤੇ ਵੀ ਅੱਗ ਲੱਗਣੀ ਸੀਗੀ ਜੀ। ਹੁਣ ਸਾਡੇ ਇੱਕ ਹੋਰ ਆ ਜੀ ਨੇੜੇ ਹੀ, ਜੋਧਪੁਰ ਦੇ ਲਵੇ ਇੱਕ ਫੈਕਟਰੀ ਚੱਲਦੀ ਆ ਪਟਾਕਿਆਂ ਵਾਲੀ, ਅਸੀਂ ਚਾਹੁੰਦੇ ਹਾਂ ਵੀ ਕੀ ਉਹਦੀ ਵੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਹੈ ਜੀ, ਵੀ ਕੀ ਉਹ ਸਹੀ ਚੱਲਦੀ ਹੈ ਜੀ। ਕੱਲ੍ਹ ਨੂੰ ਸਾਡੇ ਪਿੰਡ ਦਾ, ਸਾਡੇ ਹੋਰ ਖੇਤਾਂ ਵਾਲਿਆਂ ਦਾ, ਗਵਾਂਢੀਆਂ ਦਾ ਕਿਸੇ ਦਾ ਨੁਕਸਾਨ ਨਾ ਹੋਵੇ ਜੀ। ਅਸੀਂ ਤਾਂ ਸਰਕਾਰ ਤੋਂ ਇਹੀ ਮੰਗ ਚਾਹੁੰਦੇ ਹਾਂ ਵੀ ਇਹਨਾਂ ਦੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਹੈ ਜੀ। ਸਿੰਘ ਜੀ, ਤਰਨਵੀਰ ਜੀ, ਜਿਹੜਾ ਇੱਕ ਇਹ ਹਾਦਸਾ ਹੋਇਆ, ਵਿੱਚ ਜਾਣਾ ਵੀ ਗਿਆ, ਕੀ ਕਹਿਣਾ ਚਾਹੁੰਦੇ ਤੁਸੀਂ ਫੈਕਟਰੀ ਦੇ? ਸਰ, ਇਹ ਕੁਦਰਤੀ ਹਾਦਸਾ ਹੈ, ਇਹ ਰੱਬ ਦੀ ਇੱਕ ਪ੍ਰਕੋਪੀ ਹੈ, ਜਿਹਦੀ ਜਿਹੜੇ ਪਰਿਵਾਰਾਂ ਦੀਆਂ ਬੱਚਿਆਂ ਦੀਆਂ ਜਾਨਾਂ ਗਈਆਂ ਉਹਨਾਂ ਨਾਲ ਸਾਨੂੰ ਬਹੁਤ ਸਹਿਮਤੀ ਹੈ। ਉਹ ਸਾਡੇ ਪਰਿਵਾਰ ਦਾ ਇੱਕ ਹਿੱਸਾ ਸੀ, ਸਾਡੇ ਲਈ ਕੰਮ ਕਰਦੇ ਸੀ, ਅਤੇ ਅਸੀਂ ਉਹਨਾਂ ਦੇ ਨਾਲ ਖੜ੍ਹੇ ਹਾਂ ਜੀ, ਹਰ ਪੱਖ 'ਤੇ ਜਿੱਥੇ ਖੜ੍ਹ ਸਕਦੇ ਹਾਂ। ਜਾਨ ਦਾ ਕੰਪੋਸੈਟ ਤਾਂ ਨਹੀਂ ਕੋਈ ਕਰ ਸਕਦਾ, ਪਰ ਅਸੀਂ ਜੋ ਵੱਧ ਤੋਂ ਵੱਧ ਉਹਨਾਂ ਨਾਲ ਚੰਗਾ ਕਰ ਸਕਦੇ ਹਾਂ ਕਰਾਂਗੇ, ਅੱਗੋਂ ਉਹਨਾਂ ਦਾ ਸਾਥ ਦੇਵਾਂਗੇ, ਵੱਧ ਤੋਂ ਵੱਧ ਉਹਨਾਂ ਦੀ ਮਦਦ ਕਰਾਂਗੇ, ਕਰ ਵੀ ਰਹੇ ਹਾਂ ਆਲਰੇਡੀ। ਬਾਕੀ ਸਾਰਿਆਂ ਨੂੰ ਇਹੀ ਅਪੀਲ ਹੈ ਜੀ, ਇਹ ਕੁਦਰਤੀ ਹਾਦਸਾ ਹੈ ਅਤੇ ਇਹਨੂੰ ਕੁਦਰਤੀ ਹਾਦਸਾ ਮੰਨਿਆ ਜਾਵੇ, ਅਤੇ ਇਹਨੂੰ ਇਸ ਗੱਲ 'ਤੇ ਰਾਜਨੀਤੀ ਨਾ ਕੀਤੀ ਜਾਵੇ। ਧੰਨਵਾਦ। ਕੀ ਕੰਪਨਸੇਸ਼ਨ ਦਿੱਤਾ ਜਾ ਰਿਹਾ ਹੈ ਪਰਿਵਾਰਾਂ ਨੂੰ? ਅਸੀਂ ਵੱਧ ਤੋਂ ਵੱਧ ਕੰਪਨਸੇਟ ਕਰ ਰਹੇ ਹਾਂ ਜੀ, ਤੁਹਾਡੇ ਸਾਹਮਣੇ ਆਪੇ ਆ ਜੂਗਾ ਜੀ, ਜਲਦੀ ਆ ਜੂਗਾ। ਮਤਲਬ ਕਿ ਅੱਗੇ ਜਿਵੇਂ ਥੋੜੀ ਉਹਦੇ ਕਮੀਆਂ ਪਾਈਆਂ ਗਈਆਂ ਅੱਗ ਲੱਗਣ ਦੇ, ਕਿ ਅੱਗੇ ਵਾਸਤੇ ਵੀ ਕੋਈ ਚੀਜ਼ ਦਾ ਸੁਧਾਰ? ਨਹੀਂ, ਸਾਡੇ ਵੱਲੋਂ ਕੋਈ ਕਮੀ ਨਹੀਂ ਹੈ ਜੀ, ਇਹ ਕੁਦਰਤੀ, ਦੇਖੋ ਜਿਹੜਾ ਕੰਮ ਕੁਦਰਤੀ ਹੁੰਦਾ ਉਹਦੇ ਬਾਰੇ ਆਪਾਂ ਕੀ ਕਹਿ ਸਕਦੇ ਹਾਂ, ਇਹ ਕੁਦਰਤੀ ਮਰਜ਼ੀ ਦਾ ਇੱਕ ਹਾਦਸਾ ਸੀਗਾ, ਅਤੇ ਇਹਦੇ 'ਤੇ ਰਾਜਨੀਤੀ ਕਰਨਾ ਠੀਕ ਨਹੀਂ। ਆਪਾਂ ਪਰਿਵਾਰਾਂ ਦੇ ਨਾਲ ਸਿੰਪਥੀ ਕਰੀਏ, ਜਿਨ੍ਹਾਂ ਦੇ ਘਰ ਦੇ ਮੈਂਬਰ ਗਏ ਹੈ ਉਹ ਸਾਡੇ ਵੀ ਘਰ ਦੇ ਮੈਂਬਰ ਸੀ, ਅੱਗੇ ਉਹਨਾਂ ਦੀ ਅਸੀਂ ਪੂਰੀ ਮਦਦ ਕਰਾਂਗੇ, ਜੋ ਕਰ ਸਕਦੇ ਹਾਂ ਪਰਿਵਾਰਾਂ ਲਈ ਅਸੀਂ ਆਲਰੇਡੀ ਕਰ ਰਹੇ ਹਾਂ ਜੀ।